ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਬੇਰੰਗ ਚਿੱਠੀਆਂ ਤੋਂ ਲੈ ਕੇ ਲਾਈਵ ਚੈਟਿੰਗ ਤੱਕ ਹੁੰਦੀ ਦੇਖੀ ਆ। ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਸਾਈਕਲ ਸਿੱਖਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਸੀ। ਪਹਿਲਾਂ ਕੈਂਚੀ ਫਿਰ ਡੰਡੇ ਉੱਪਰ ਦੀ ਫਿਰ ਕਾਠੀ ਕਾਰ 'ਚ ਬਹਿਣਾ ਤਾਂ ਬਹੁਤ ਦੂਰ ਦੀ ਗੱਲ ਸੀ। ਅਸੀਂ ਉਹ ਆਖਰੀ ਪੀੜ੍ਹੀਆਂ ਜਿਨ੍ਹਾਂ ਨੇ ਇੱਕ ਪੱਖੇ ਮੋਰੇ 베ੜੇ 'ਚ ਸੱਤ-ਸੱਤ ਮੰਜੇ ਢਾ ਕੇ ਸੌਣ ਤੋਂ ਲੈ ਕੇ ਅੱਜ ਏਸੀ ਤੱਕ ਦਾ ਨਜ਼ਾਰਾ ਵੀ ਦੇਖਿਆ। ਅਸੀਂ ਉਹ ਆਖਰੀ ਪੀੜ੍ਹੀ ਆ ਜਿਹੜੇ ਕੋਠਿਆਂ ਤੇ ਚੜ੍ਹ ਕੇ ਇੰਟੀਨੇ ਸੈੱਟ ਕਰਦੇ ਹੁੰਦੇ ਸੀ ਸਾਰੀ ਗੜੀ ਚ ਰੌਲਾ ਪਾਉਂਦੇ ਹੁੰਦੇ ਸੀਗੇ ਤੇ ਅੱਜ ਤੁਸੀਂ ਦੇਖ ਲਓ ਲੱਖਾਂ ਚੈਨਲ ਵੀ ਚੱਲਦੇ ਆ ਦੇਖਣ ਨੂੰ ਦਿਲ ਨਹੀਂ ਕਰਦਾ ਸੋਸ਼ੀਕਾਲ ਜੀ ਬੋਡੀਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਦੋਸਤੋ ਕਹਿੰਦੇ ਕਿ ਬਚਪਨ ਚਲਾ ਗਿਆ ਜਵਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਸੋ ਦੋਸਤੋ ਜਿਨ੍ਹਾਂ ਦਾ ਜਨਮ 1980 90 ਦੇ ਦਹਾਕੇ ਵਿੱਚ ਹੋਇਆ ਉਹਨਾਂ ਨੇ ਸਭ ਤੋਂ ਵਧੀਆ ਸਮਾਂ ਹੰਡਾਇਆ ਆਪਾਂ ਕਹਿ ਸਕਦੇ ਹਾਂ ਕਿਉਂਕਿ ਉਹਨਾਂ ਨੇ ਉਹ ਪੁਰਾਣਾ ਜ਼ਮਾਨਾ ਵੀ ਦੇਖਿਆ ਤੇ ਨਵੀਂ ਜੋ ਟੈਕਨੋਲੋਜੀ ਹੈ ਉਹ ਵੀ ਦੇਖੀ ਸੋ ਇਸ ਗੱਲ ਨੂੰ ਇੱਕ ਵੀਰ ਨੇ ਬੜੇ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ ਸੋ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਊਗੀ ਸੋ ਆਓ ਆਪਾਂ ਸਭ ਤੋਂ ਪਹਿਲਾਂ ਇਹ ਪੂਰੀ ਵੀਡੀਓ ਦੇਖ ਲੈਨੇ ਆਂ ਇਹ ਮੇਰੀ ਗੱਲ ਉਹੀ ਸਮਝ ਸਕਦੇ ਜਿਹੜੇ 1990 ਤੋਂ ਪਹਿਲਾਂ ਦੇ ਜੰਮੇ ਹਨ ਜਿੰਨੀ ਤਬਦੀਲੀ ਇਸ ਦੁਨੀਆ ਦੇ ਵਿੱਚ ਅਸੀਂ ਦੇਖਿਆ ਮੈਨੂੰ ਨਹੀਂ ਲੱਗਦਾ ਸਾਡੇ ਤੋਂ ਬਾਅਦ ਕੋਈ ਹੋਰ ਪੀੜ੍ਹੀ ਇਹ ਦੇਖੂਗੀ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਬੇਰੰਗ ਚਿੱਠੀਆਂ ਤੋਂ ਲੈ ਕੇ ਲਾਈਵ ਚੈਟਿੰਗ ਤੱਕ ਹੁੰਦੀ ਦੇਖੀ ਆ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਸਾਈਕਲ ਸਿੱਖਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਸੀ ਪਹਿਲਾਂ ਕੈਂਚੀ ਫਿਰ ਡੰਡੇ ਉੱਪਰ ਦੀ ਫਿਰ ਕਾਠੀ ਕਾਰ 'ਚ ਬਹਿਣਾ ਤਾਂ ਬਹੁਤ ਦੂਰ ਦੀ ਗੱਲ ਸੀ ਅਸੀਂ ਉਹ ਆਖਰੀ ਪੀੜ੍ਹੀਆਂ ਜਿਨ੍ਹਾਂ ਨੇ ਇੱਕ ਪੱਖੇ ਮੋਰੇ ਵੇੜੇ 'ਚ ਸੱਤ-ਸੱਤ ਮੰਜੇ ਢਾ ਕੇ ਸੌਣ ਤੋਂ ਲੈ ਕੇ ਅੱਜ ਏਸੀ ਤੱਕ ਦਾ ਨਜ਼ਾਰਾ ਵੀ ਦੇਖਿਆ ਅਸੀਂ ਉਹ ਹੀ ਆਖਰੀ ਪੀੜ੍ਹੀਆਂ ਜਿਨ੍ਹਾਂ ਨੇ ਪਹਿਲਾਂ ਸਕੂਲ ਤੇ ਫਿਰ ਘਰ ਆ ਕੇ ਦੱਸਣ ਤੇ ਸ਼ਿਕਾਇਤ ਕਰਨ ਤੇ ਘਰਦਿਆਂ ਤੋਂ ਵੀ ਕੁੱਟ ਖਾਧੀ ਆ। ਅਸੀਂ ਉਹ ਆਖਰੀ ਪੀੜ੍ਹੀਆਂ ਜਿਨ੍ਹਾਂ ਨੇ ਗੁਆਂਢੀਆਂ ਦੇ ਘਰ ਜਾ ਕੇ ਟੀਵੀ ਦੇਖਿਆ ਤੇ ਹੁਣ ਘਰ 'ਚ ਐਲਸੀਡੀ ਵੀ ਖੁੰਝਿਆਂ 'ਚ ਪਾਇਆ। ਅਸੀਂ ਉਹ ਆਖਰੀ ਪੀੜ੍ਹੀਆਂ ਜਿਹੜੇ ਕੋਠਿਆਂ ਤੇ ਚੜ੍ਹ ਕੇ ਐਂਟੀਨਾ ਸੈੱਟ ਕਰਦੇ ਹੁੰਦੇ ਸੀ, ਸਾਰੀ ਗੜੀ 'ਚ ਰੌਲਾ ਪਾਉਂਦੇ ਹੁੰਦੇ ਸੀਗੇ ਤੇ ਅੱਜ ਤੁਸੀਂ ਦੇਖ ਲਓ ਲੱਖਾਂ ਚੈਨਲ ਵੀ ਚੱਲਦੇ ਆ ਦੇਖਣ ਨੂੰ ਦਿਲ ਨਹੀਂ ਕਰਦਾ। ਸੋ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਜਿਸ ਵਿੱਚ ਵੀਰ ਨੇ ਦੱਸਿਆ ਕਿ ਜਿਨ੍ਹਾਂ ਦਾ ਜਨਮ 80 90 ਦੇ ਦਹਾਕੇ ਵਿੱਚ ਹੋਇਆ ਉਹਨਾਂ ਨੇ ਸਭ ਤੋਂ ਵਧੀਆ ਸਮਾਂ ਆਪਣੀ ਲਾਈਫ ਦੇ ਵਿੱਚ ਦੇਖਿਆ ਕਿਉਂਕਿ ਉਹਨਾਂ ਨੇ ਉਹ ਛੁਰੀਆਂ ਵਾਲੇ ਪੱਖੇ ਵੀ ਦੇਖੇ কুলਰ ਵੀ ਦੇਖੇ ਏਸੀ ਵੀ ਦੇਖੇ ਉਹਨਾਂ ਨੇ ਚਿੱਠੀਆਂ ਵੀ ਦੇਖੀਆਂ ਉਹਨਾਂ ਨੇ ਮੋਬਾਈਲ ਵੀ ਦੇਖੇ ਟੈਲੀਫੋਨ ਵੀ ਦੇਖੇ ਸੋ ਬਹੁਤ ਹੀ ਸੋਹਣਾ ਸਮਾਂ ਸੀ ਸੋ ਅੱਜ ਕੱਲ ਤਾਂ ਇੰਟਰਨੈਟ ਦਾ ਜਮਾਨਾ ਸੋ ਬਹੁਤਾ ਸਮਾਂ ਬੱਚੇ ਇੰਟਰਨੈਟ ਤੇ ਲਾਉਂਦੇ ਆ ਸੋ ਪੁਰਾਣੀਆਂ ਖੇਡਾਂ ਉਹ ਪੁਰਾਣਾ ਸਮਾਂ ਉਹ ਬਿਲਕੁਲ ਹੀ ਆਪਾਂ ਕਹਿ ਸਕਦੇ ਆ ਕਿ ਖਤਮ ਹੋ ਚੁੱਕਿਆ ਸੋ ਤੁਸੀਂ ਆ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਜੋ ਗੱਲਾਂ ਵੀਰ ਨੇ ਕਹੀਆਂ ਤੁਸੀਂ ਉਹਨਾਂ ਸਹਿਮਤ ਆ ਜੇ ਤੁਸੀਂ ਉਹ ਸਮਾਂ ਹੰਡਾਇਆ ਆਪਣੇ ਜੀਵਨ ਦੇ ਵਿੱਚ ਜਾਂ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਇਹ ਵੀ ਕਮੈਂਟਾਂ ਵਿੱਚ ਦੱਸਿਓ ਤੇ ਜੇ ਵੀਡੀਓ ਵਧੀਆ ਲੱਗੀ ਤੇ ਤੁਹਾਨੂੰ ਇਹ ਵੀਡੀਓ ਵੇਖ ਕੇ ਆਪਣਾ ਪੁਰਾਣਾ ਸਮਾਂ ਯਾਦ ਆਇਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਹੋਰ ਤਾਜ਼ਾ ਅਪਡੇਟਸ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈੱਲ ਨੇ ਬਟਨ ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਜੀ ਇਹਨੇ ਸ਼ਾਬਾਸ਼ਾ ਨਾ ਲੈਣੇ ਆਈ ਤਾਂ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ